ਜੇਕਰ ਸਰ ਗੱਲ ਕੀਤੀ ਜਾਵੇ ਕਿੰਨੇ ਦੇ ਇੰਤਜ਼ਾਮ ਨੇ ਜਿਹੜੇ ਸਫਾਈ ਨੂੰ ਲੈ ਕੇ ਕੀਤੇ ਜਾਂਦੇ ਮਾਨ ਜੋ ਟਰਾਂਸਪੋਰਟ ਮੰਤਰੀ ਸਰਦਾਰ ਅਮਰਿੰਦਰ ਸਿੰਘ ਰਾਜਾ ਬਣੀਕੀ ਵੱਲੋਂ ਹੋਏ ਨਿਰਦੇਸ਼ਾਂ ਦੇ ਦਿਸ਼ਾ ਅਨੁਸਾਰ ਸਾਰੇ ਬੱਸ ਸਟੈਂਡਾਂ ਦੇ ਪੰਜਾਬ ਦੇ ਸਾਫ਼ ਸਫਾਈ ਲਈ ਇੱਕ ਅਭਿਆਨ ਸਫਾਈ ਅਭਿਆਨ ਅੱਜ ਸ਼ੁਰੂ ਕੀਤਾ ਗਿਆ ਜਿਸ ਤਹਿਤ ਸਵੇਰ ਤੋਂ ਹੀ ਲਗਾਤਾਰ ਇਸ ਬੱਸ ਸਟੈਂਡ ਦੀ ਸਫਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਜਿਵੇਂ ਕਿ ਕੋਈ ਵੀ ਕਿਸੇ ਪ੍ਰਕਾਰ ਦੀ ਸਵਾਰੀਆਂ ਨੂੰ ਦਿੱਕਤ ਨਾ ਆਵੇ ਸਾਫ਼ ਸਫਾਈਆ ਅਤੇ ਹੋਰ ਜਿਹੜੇ ਮਾਣਯੋਗ ਟਰਾਂਸਪੋਰਟ ਮੰਤਰੀ ਜੀ ਵੱਲੋਂ ਨਿਰਦੇਸ਼ ਹੋਏ ਹਨ ਕਿ ਸਫਾਈ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾਵੇ ਜਿਸ ਤਹਿਤ ਅੱਜ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਬਾਥਰੂਮ ਕਿਹੜੇ ਦੀ ਗੱਲ ਕਰੋ? ਨਹੀਂ, ਉਹ ਤਾਂ ਬੇਸਿਕਲੀ ਐਕਚੁਲੀ ਸੀਵਰ ਦੀ ਪ੍ਰੋਬਲਮ ਹੈ ਉੱਥੇ, ਕਿਉਂਕਿ ਜਿਹੜਾ ਬੱਸ ਸਟੈਂਡ ਆ ਸਾਡਾ ਉਹ ਰੋਡਸ ਨਾਲੋਂ ਨੀਵਾਂ ਹੋਣ ਕਰਕੇ ਕਿ ਉਹਦੇ ਵਿੱਚ ਓਵਰਫਲੋ ਹੋ ਜਾਂਦਾ ਸੀਗਾ। ਇਹ ਬੱਸ ਸਟੈਂਡ ਜਿਹੜਾ ਆਪਣਾ ਇਸ ਟਾਈਮ ਪ੍ਰੈਜੈਂਟ ਹੈ 4 ਫੁੱਟ ਡਾਊਨ ਹੈ ਸਰਾਊਂਡਿੰਗ ਰੋਡਸ ਤੋਂ, ਜਿਹੜੀ ਕਿ ਸੀਵਰ ਜਿਹੜੀ ਬਾਅਦ 'ਚ ਪਈਆਂ ਨੇ ਜਿਹਦੇ ਕਰਕੇ ਕਈ ਵਾਰ ਓਵਰਫਲੋ ਹੋ ਜਾਂਦੇ, ਪਰੰਤੂ ਉਹਨੂੰ ਇਸ ਕਰਕੇ ਬੰਦ ਕਰਿਆ ਜਾਂਦਾ ਸੀ ਕਿਉਂਕਿ ਬੱਸ ਸਟੈਂਡ ਦੇ ਉੱਪਰ ਸਵਾਰੀਆਂ ਲਈ ਆਲਰੇਡੀ 2 ਬਲੋਕ ਬਣੇ ਹੋਏ ਹਨ। ਇਸ ਤੋਂ ਇਲਾਵਾ ਓਪਨ ਜੋਟਲਸ ਵੀ ਸਾਰੀ ਵਿਵਸਥਾ ਰੱਖੀ ਗਈ ਹੈ, ਇਸ ਕਰਕੇ ਉਸ ਟੋਇਲਟ ਨੂੰ ਸਿੰਪਲੀ ਜਿਹੜੇ ਕਿ ਉਸ ਸਮੇਂ ਰਾਤ ਨੂੰ ਕੋਈ ਨਹੀਂ ਹੁੰਦਾ, ਮਿਸਯੂਜ਼ ਨਾ ਹੋਵੇ, ਇਸ ਕਰਕੇ ਬੰਦ ਕੀਤਾ ਗਿਆ। ਜਿਹੜੀਆਂ ਵਾਟਰ ਟੈਪ ਤੁਸੀਂ ਗੱਲ ਕਰ ਰਹੇ ਹੋ, ਕੋਈ ਇਸ ਸਮੇਂ ਮੌਕੇ 'ਤੇ ਕੋਈ ਵੀ ਨਹੀਂ ਹੈ, ਜਿਹੜੀ ਹੈਗੀ ਹੈ ਇੱਕ ਦੋ ਉਹਨੂੰ ਅਸੀਂ ਰਿਪਲੇਸ ਕਰ ਰਹੇ। ਇਸ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਕਲੈਰੀਫਾਈ ਕਰੂੰਗਾ, ਕਿਉਂਕਿ ਜਿਹੜਾ ਇਹ ਬੱਸ ਸਟੈਂਡ ਆ ਇੱਥੇ ਤਕਰੀਬਨ ਅੰਦਾਜ਼ਾ ਰੋਜ਼ 1500 ਤੋਂ ਬੱਸਾਂ ਆਉਂਦੇ ਜਾਂਦੇ ਹਨ, ਜਿਹਨਾਂ ਵਿੱਚ ਤਕਰੀਬਨ 50,000 ਯਾਤਰੀ ਰੋਜ਼ ਇੱਥੇ ਬੱਸ ਸਟੈਂਡ 'ਤੇ ਆਉਂਦਾ ਜਾਂਦਾ। ਇੰਨੀ ਤਦਾਦ ਦੇ ਵਿੱਚ ਸਵਾਰੀਆਂ ਦੇ ਆਉਣ ਕਰਕੇ ਥੋੜ੍ਹੇ ਮੋਟਾ ਕਿਤੇ ਜੇ ਕੋਈ ਕੂੜਾ ਕਰਕਟ ਹੁੰਦਾ ਹੈ ਉਹਨੂੰ ਜਿਹੜਾ ਸੰਬੰਧਿਤ ਠੇਕੇਦਾਰ ਹੈ ਉਸ ਵੱਲੋਂ ਰਿਮੂਵ ਕੀਤਾ ਜਾਂਦਾ ਹੈ। ਪਰੰਤੂ ਹੁਣ ਮਾਣਯੋਗ ਟਰਾਂਸਪੋਰਟ ਮੰਤਰੀ ਜੀ ਵੱਲੋਂ ਇਹ ਵੀ ਹਦਾਇਤ ਹੋਈ ਹੈ ਵੀ ਜੇਕਰ ਕਿਸੇ ਪ੍ਰਕਾਰ ਦੀ ਕੋਈ ਕਿਸੇ ਠੇਕੇਦਾਰ ਦੇ ਕੰਮ ਵਿੱਚ ਕੋਈ ਕਮੀ ਹੈ ਤਾਂ ਉਸਨੂੰ ਤੁਰੰਤ ਨੋਟਿਸ ਜਾਰੀ ਕੀਤੇ ਜਾਣ, ਉਸ ਸੰਬੰਧੀ ਵੀ ਕਾਰਵਾਈ ਕੱਲ੍ਹ ਤੋਂ ਆਰੰਭ ਦਿੱਤੀ ਜਾਵੇ।